ਜਿਹੜੀ ਗੱਲ ਕਹੀ ਆ ਵੀ 1966 ਤੋਂ ਲੈ ਕੇ ਲਗਾਤਾਰ ਅਕਾਲੀ ਦਲ ਪਾਣੀਆਂ ਦੇ ਮੁੱਦੇ ਤੇ ਜਿਹੜਾ ਹੈਗਾ ਰਾਜਨੀਤੀ ਕਰ ਰਿਹਾ ਪਰ ਹੱਲ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਹੱਲ ਆ ਇਹਨਾਂ ਦਾ ਹਾਲੇ ਤਾਂ ਦੇਖ ਲਿਆ ਸ਼ਰਮ ਆਣੀ ਚਾਹੀਏ ਤੇ ਇਹ ਸਾਰਾ ਪੰਜਾਬ ਸੁਣ ਲੈ ਇਹ ਜ਼ਰੂਰ ਬਿਆਨ ਮੈਨੂੰ ਦਿਓ ਇਹ ਤਾਂ ਚਲਾਨ ਵਾਲੀ ਜਿਹੜਾ ਖੁੱਡੀਆਂ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦਾ ਪਾਣੀਆਂ ਦਾ ਮਸਲਾ ਹੱਲ ਝਾੜੂ ਕਰੂਗਾ ਜਿਹੜਾ ਕੇਜਰੀਵਾਲ ਹਰਿਆਣੇ ਦਾ ਜੰਪਲ ਹੈਗਾ ਤੇ ਆਪ ਅਦਾਲਤਾਂ 'ਚ ਹਲਫਨਾਮਾ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਚਾਹੀਦਾ ਹੈ ਜਿਹੜੇ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਅਦਾਲਤ 'ਚ ਕਿਹਾ ਇਹਨਾਂ ਦੇ ਵਕੀਲ ਨੇ ਅਦਾਲਤ 'ਚ ਸੁਪਰੀਮ ਕੋਰਟ 'ਚ ਕਿ ਅਸੀਂ ਤਾਂ ਇਸ ਵਾਇਲ ਨਹਿਰ ਬਣਾਉਣ ਨੂੰ ਤਿਆਰ ਹੈ ਸਾਨੂੰ ਵਿਰੋਧੀ ਨਹੀਂ ਬਣਾਉਣ ਦਿੰਦੇ ਤੇ ਇਸ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਕੇਂਦਰ ਵਿੱਚ ਵੀ ਕਹਿਤਾ ਹੈ ਕਿ ਤੁਸੀਂ ਪਾਣੀ ਸਾਡਾ ਚੈੱਕ ਕਰ ਲਓ ਜੇ ਵੱਧ ਹੈ ਤਾਂ ਲੈ ਜਾਣਾ ਅੱਜ ਆਹ ਮੰਤਰੀ ਖੁੱਡੀਆ ਸਾਹਿਬ ਸਮੇਤ ਉਹਨਾਂ ਦਾ ਮੁੱਖ ਮੰਤਰੀ ਅੱਜ ਨਹਿਰੀ ਪਟਵਾਰੀਆਂ ਦੇ ਗਲ 'ਚ ਅੰਗੂਠਾ ਪਾ ਕੇ ਜਿੱਥੇ 20% ਪਾਣੀ ਹੈ ਕਹਿੰਦੇ ਤੁਸੀਂ 100% ਦਿਖਾਓ ਇਹ ਜਾਂ ਜਿਹੜੇ ਪਟਵਾਰੀ ਗਲਤ ਨਹੀਂ ਕਰ ਰਹੇ ਉਹਨਾਂ 250 ਤੋਂ ਵੱਧ ਨੂੰ ਸਸਪੈਂਡ ਕਰਤਾ ਇਹਨਾਂ ਦੇ ਪ੍ਰਧਾਨ ਨੂੰ ਵੀ ਸਸਪੈਂਡ ਕਰਤਾ ਤੇ ਅੱਜ ਗਲਤ ਕਾਗਜ਼ ਪਰਵਾ ਕੇ ਜਦ ਅਦਾਲਤ ਵਿੱਚ ਪੇਸ਼ ਕਰੇ ਜਾਣਗੇ ਅਦਾਲਤ ਨੇ ਤਾਂ ਉਸ ਰਿਪੋਰਟ ਦੇ ਹਿਸਾਬ ਨਾਲ ਮਿੰਟ 'ਚ ਕਹਿ ਦੇਣਾ ਨਹਿਰ ਬਣਾ ਦਿਓ ਤੇ ਫਿਰ ਨਹਿਰ ਬਣਾਉਣ ਵਾਸਤੇ ਮੋਦੀ ਨੇ ਮਿੰਟ ਲਾ ਕੇ ਫੌਜ ਲਾਣੀ ਹੈ ਫੌਜ ਲਾ ਕੇ ਕੱਟ ਕੇ ਨਹਿਰ ਸਾਡਾ ਪਾਣੀ ਲੈ ਜਾਣਾ ਹੈ ਤੇ ਫਿਰ ਖੂਨ ਕਿਦਾਂ ਡੁੱਲੂਗਾ ਉਹ ਅਕਾਲੀ ਦਲ ਜਿਹਨੇ ਇਸ ਵਾਇਲ ਦੇ ਨਹਿਰ ਦੇ ਪਾਣੀ ਦੇ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਤੀ ਕਿ ਕਿਆ ਜਦੋਂ ਤਾਈਂ ਅਕਾਲੀ ਦਲ ਜ਼ਿੰਦਾ ਹੈ ਨਾ ਇੱਕ ਕੋਈ ਨਹਿਰ ਕੱਢਣ ਦੇਵਾਂਗੇ ਨਾ ਇੱਕ ਬੂੰਦ ਪਾਣੀ ਜਾਣ ਦੇਵਾਂਗੇ ਸੋ ਪੰਜਾਬੀਆਂ ਦਾ ਖੂਨ ਡੁੱਲੂਗਾ ਪੰਜਾਬ ਸਟੇਬਲਾਈਜ਼ ਹੋਊਗਾ ਤੇ ਇਹ ਜ਼ਿੰਮੇਵਾਰ ਹੋਣਗੇ ਉਹ ਲੋਕੀ ਜਿਹੜੇ ਇਸ ਕਾਂਗਰਸ ਪਾਰਟੀ ਨੂੰ ਜਿਹੜਾ ਇਸ ਵਾਇਲ ਦੀ ਨਹਿਰ ਵਾਸਤੇ 60 ਸਾਲ ਲੱਗੇ ਹੋਏ ਨੇ ਬਣਾਉਣ ਵਾਸਤੇ ਜਿਹੜਾ ਇਹਨਾਂ ਨੂੰ ਵੋਟ ਪਾਉਂਦੇ ਨੇ ਜਿਹੜੇ ਇਹ ਝਾੜੂ ਨੂੰ ਪਾ ਕੇ ਆਪਦਾ ਫਾਂਸੀ ਦਾ ਫੰਦਾ ਆਪਦੇ ਗਲ 'ਚ ਖੁਦ ਪਾ ਰਹੇ ਨੇ ਤੇ ਆਹ ਕੇਂਦਰ ਦੀ ਸਰਕਾਰ ਜਿਹੜੇ ਤਿੰਨੋਂ ਰਲ ਕੇ ਪੰਜਾਬ ਦਾ ਪਾਣੀ ਖੋਣ ਨੂੰ ਫਿਰਦੀ ਹੈ ਜਿਸ ਪਾਣੀ ਜਿੰਦ ਜਾਨ ਕਿਸਾਨ ਦੀ ਨਾ ਕਿਸਾਨ ਦੇ ਰਹੂਗੀ ਜਦ 20% ਪਾਣੀ ਨਹਿਰਾਂ 'ਚ ਹੈ ਉਹ ਚੌਥਾ ਹਿੱਸਾ ਰਹਿ ਜਾਊਗਾ ਤੁਸੀਂ ਸੋਚੋ ਹਮੇਸ਼ਾ ਵਾਸਤੇ ਇੱਕ ਬੰਦੀ ਲੱਗ ਗਈ Subscribe to One India channel and never miss an update.